ਦਵਿੰਦਰ ਸਿੰਘ ਸੇਖਾ ਦਾ ਨਾਵਲ ਤੀਜੀ ਅਲਵਿਦਾ ਦਾ ਛੇਵਾਂ ਅੰਗ। ਕੁਲਦੀਪ ਨੂੰ ਉਹਦਾ ਬਾਪੂ ਛੱਡ ਗਿਆ। ਉਹਦੇ ਆਉਣ ਤੋਂ ਅਗਲੇ ਦਿਨ ਹੀ ਕਪਾਹਾਂ ਦੀ ਚੁਗਾਈ ਸ਼ੁਰੂ ਹੋ ਗਈ। ਉਹਨਾਂ ਦੀ ਕਪਾਹ ਰੋੜੀ ਵਾਲੇ ਖੇਤ ਬੀਜੀ ਸੀ। ਕੁਲਦੀਪ ਪੀਤੋ ਅਤੇ ਚੋਣੀਆਂ ਕਪਾਹ ਚੁਗਣ ਜਾਂਦੀਆਂ। ਕਦੀ ਕਦੀ ਰਾਮ ਕੌਰ ਆਪ ਵੀ ਚਲੀ ਜਾਂਦੀ। ਰਾਮ ਕੌਰ ਦੇ ਦਿਓਰ ਦੀਆਂ ਕੁੜੀਆਂ ਬੀਰੋ ਅਤੇ ਗਿੱਜੋ ਕੁਲਦੀਪ ਹੋਰਾਂ ਨਾਲ ਕਪਾਹ ਚੁਗਾ ਦਿੰਦੀਆਂ, ਫਿਰ ਆਪਣੀ ਵਾਰੀ ਨਾਲੇ ਉਹਨਾਂ ਨਾਲ ਜਾ ਲੱਗਦੀਆਂ। ਸਵੇਰ ਦੇ ਸਮੇਂ ਕੁਲਦੀਪ ਨੇ ਰੋਟੀ ਟੁੱਕ ਕਰ ਲਿਆ ਅਤੇ ਕਪਾਹ ਨੂੰ ਜਾਣ ਵਾਸਤੇ ਤਿਆਰ ਸਨ। ਅੱਜ ਗੇਜੋ ਹੋਰਾਂ ਨੇ ਉਹਨਾਂ ਨਾਲ ਜਾਣਾ ਸੀ, ਅਜੇ ਤੱਕ ਉਹ ਆਈਆਂ ਨਹੀਂ ਸੀ। ਛੋਟੀ ਕੁੜੀ ਸੀਬੋ ਨੂੰ ਕੋਈ ਗੱਲ ਯਾਦ ਆ ਗਈ ਤਾਂ ਉਹ ਬਾਹਰੋਂ ਖੇਡਦੀ ਖੇਡਦੀ ਘਰ ਵੱਲ ਭੱਜੀ। ਬੇਬੇ ਇਹ ਨਾ ਉੱਥੇ ਜਾ ਕੇ ਖੇਤ ਜਾ ਕੇ ਗੰਢੇ ਨਾਲ ਰੋਟੀ ਖਾਂਦੀ ਹੈ, ਸੀਬੋ ਨੇ ਰਾਮ ਕੌਰ ਨੂੰ ਦੱਸਿਆ। ਗੰਢੇ ਨਾਲ? ਗੰਢਾ ਗੇਜੋ ਲੈ ਕੇ ਆਈ ਸੀ ਅਤੇ ਮਿਰਚਾਂ ਨਾ ਪੀਤੋ ਲੈ ਕੇ ਗਈ ਸੀ। ਸੀਬੋ ਨੇ ਤੱਤੇ ਹੋਰੇ ਲੋਹੇ ਨੂੰ ਹੋਰ ਤਾ ਦਿੱਤਾ। ਇਸ ਭਰਾਵਾਂ ਪਿੱਟੀ ਨੂੰ ਘਰ ਦਾ ਕੋਈ ਸਰਫ ਹੈ? ਪੱਟੀ ਚੱਲ ਕਰ, ਖੁਆਈ ਜਾ ਲੋਕਾਂ ਨੂੰ, ਲਜਾ ਲਜਾ, ਦੋਵੇਂ ਇੱਕੋ ਜਿਹੀਆਂ ਰਲ ਜਾਂਦੀਆਂ ਤਾਂ ਇਹਨਾਂ ਨੂੰ ਨਾ ਚੜ੍ਹੀ ਦੀ ਨਾ ਲੱਥੀ ਦੀ। ਤਾਈ ਕੀ ਗੱਲ ਹੋ ਗਈ ਅੱਜ ਸਵੇਰੇ ਸਵੇਰੇ? ਬਾਹਰੋਂ ਆਉਂਦੀ ਗੇਜੋ ਬੋਲੀ, ਉਹਦੇ ਮਗਰ ਹੀ ਬੀਰੋ ਆ ਗਈ। ਨੀ ਬਾਹਲੇ ਅਮੀਰਾਂ ਦੀ ਇਹ ਧੀਏ, ਕੀ ਪੁੱਠੀਆਂ ਸੋਭਤਾਂ ਸਿਖਾਉਣੀਆਂ ਕੁੜੀਆਂ ਨੂੰ? ਰਾਮ ਕੌਰ ਗੇਜੋ ਵੱਲ ਉੱਲਰੀ। ਕੀ ਤਾਈ, ਗੰਢੇ ਲਜਾ ਲਜਾ ਖਾਂਦੀਆਂ, ਸ਼ਰਮ ਨਹੀਂ ਆਉਂਦੀ? ਤਾਈ ਨੇਮ ਨਾਲ ਅਸੀਂ ਤਾਂ ਗੰਢਾ ਨਹੀਂ ਖਾਧਾ। ਅਸੀਂ ਕਿੱਥੋਂ ਇੰਨੇ ਅਮੀਰ ਬਈ ਰੋਟੀ ਨਾਲ ਗੰਢਾ ਖਾ ਲਈਏ? ਪਰ ਤੈਨੂੰ ਕਿਹਨੇ ਕਿਹਾ? ਗੇਜੋ ਸੀਬੋ ਵੱਲ ਝਾਕਦੀ ਬੋਲੀ। ਉਹ ਸਮਝ ਗਈ ਵੀ ਸਾਰੀ ਸ਼ਰਾਰਤ ਇਸੇ ਦੀ ਹੈ। ਮੈਨੂੰ ਦੱਸਣ ਵਾਲੇ 3900 ਫਿਰਦੇ ਆ, ਨਾ ਤੈਨੂੰ ਸੀਬੋ ਨੇ ਚੁਆਤੀ ਲਾਈ ਹੋਣੀ ਹੈ। ਤਾਈ ਤੂੰ ਇਸ ਧੱਖ ਜੀ ਦੀਆਂ ਗੱਲਾਂ 'ਚ ਕਿਉਂ ਆ ਜਾਂਦੀ ਹੁੰਦੀ ਹੈ? ਫਿਰ ਮੈਨੂੰ ਕਿਉਂ ਨਹੀਂ ਨਾਲ ਲਿਜਾਂਦੀਆਂ? ਸੀਬੋ ਬੋਲੀ, ਤੂੰ ਸਾਨੂੰ ਕਪਾਹ ਚੁਗਣ ਨਹੀਂ ਦਿੰਦੀ। ਚੱਲ ਗੇਜੋ ਚੱਲੀਏ, ਪੀਤੋ ਨੇ ਬਾਹਰ ਨਿਕਲਦਿਆਂ ਕਿਹਾ ਅਤੇ ਚਾਰੇ ਸਹੇਲੀਆਂ ਖੇਤ ਵੱਲ ਨੂੰ ਹੋ ਤੁਰੀਆਂ। ਕੁਲਦੀਪ ਪਿੰਡ ਵਿੱਚ ਤਾਂ ਉਹਨਾਂ ਨਾਲ ਵੀ ਉੱਪਰੀ ਉੱਪਰੀ ਰਹਿੰਦੀ, ਪਰ ਖੇਤ ਪਹੁੰਚ ਕੇ ਉਹਨਾਂ ਦੀ ਸਹੇਲੀ ਬਣ ਜਾਂਦੀ। ਚਾਰੇ ਜਣੀਆਂ ਆਪਸ 'ਚ ਕਲੋਲਾਂ ਕਰਦੀਆਂ ਸਕੂਲ ਕੋਲ ਪਹੁੰਚ ਗਈਆਂ। ਸਕੂਲ ਦੀ ਛੋਟੀ ਛੋਟੀ ਕੰਧ ਨੇੜਿਓਂ ਲੰਘ ਰਹੀਆਂ ਸੀ। ਗੇਜੋ ਨੇ ਸਕੂਲ ਅੰਦਰ ਝਾਤੀ ਮਾਰੀ। ਉਹਨੇ ਦੇਖਿਆ ਮਾਸਟਰ ਨੇ ਦੇਵ ਨੂੰ ਖੜ੍ਹਾ ਕੀਤਾ ਹੋਇਆ। ਜਮਾਤ ਕੰਧ ਦੇ ਨੇੜੇ ਲੱਗੀ ਹੋਈ ਸੀ। ਦੇਵ ਪੜ੍ਹਾਈ 'ਚ ਕਮਜ਼ੋਰ ਹੀ ਦੱਸਿਆ ਜਾਂਦਾ ਸੀ। ਮਾਸਟਰ ਨੇ ਦੇਵ ਦਾ ਸਿਰ ਆਪਣੇ ਦੋਵਾਂ ਹੱਥਾਂ 'ਚ ਫੜਿਆ ਹੋਇਆ ਸੀ। ਭਾਬੀ ਆਪਦੇ ਲਾਡਲੇ ਦਿਓਰ ਦੀ ਹਾਲਤ ਵੇਖ ਲਾ, ਗੇਜੋ ਬੋਲੀ। ਮਾਸਟਰ ਦੀ ਆਵਾਜ਼ ਬਾਹਰ ਸੁਣ ਰਹੀ ਸੀ। ਖੋਤਿਆ ਭੂਤਨਿਆ ਬੋਲ, ਮਾਸਟਰ ਉਹਦਾ ਸਿਰ ਹਿਲਾਉਣ ਦਾ ਬੋਲਿਆ। ਸਵਾਲ ਨਹੀਂ ਕੱਢ ਕੇ ਲਿਆਇਆ, ਬੋਲ। ਪਰ ਦੇਵ ਚੁੱਪ ਸੀ, ਉਹ ਨੀਵਾਂ ਮੂੰਹ ਕਰਕੇ ਮੁਸਕਰਾ ਰਿਹਾ ਸੀ। ਮਾਸਟਰ ਨੇ ਵੀ ਉਹਦੇ ਅਦਿੱਖ ਦੰਦ ਦੇਖ ਲਏ। ਦੰਦੂ ਕੜਦਾ ਬੋਲ, ਮਾਸਟਰ ਫਿਰ ਬੋਲਿਆ। ਕੁਲਦੀਪ ਹਾਸਾ ਸਦੂਰੀ ਹੁੰਦੀ ਜਾ ਰਹੀ, ਉਹ ਆਪਦਾ ਹਾਸਾ ਰੋਕ ਰਹੀ ਸੀ, ਪਰ ਮਾਸਟਰ ਦੇ ਬੋਲੇ ਬੋਲ ਉਹਦੇ ਹਾਸੇ ਦੀ ਮਿਆਦ ਵਧਾਈ ਜਾ ਰਹੀ ਸੀ। ਕੁੜੇ ਭਾਬੀ ਤੈਨੂੰ ਕੀ ਹੋ ਗਿਆ? ਚੁੱਪ ਹਾਸਾ ਹੱਸਦੀ ਕੁਲਦੀਪ ਨੂੰ ਬੀਰੋ ਨੇ ਪੁੱਛਿਆ। ਲੈ ਦੱਸ ਇਹਨੂੰ ਲਾਟ ਸਾਹਿਬ ਨੂੰ, ਗੇਜੋ ਆਪਣੀ ਭੈਣ 'ਤੇ ਬੜਾ ਲੱਗਦੀ ਸੀ। ਤੇਰੇ ਕੀ ਢਿੱਡ ਸੂਲ ਪੈਣ ਲੱਗ ਪਿਆ, ਬੀਰੋ ਆਪਣਾ ਟੀਰ ਗੇਜੋ ਵੱਲ ਕਰਦੀ ਗੁਣਗੁਣੀ ਆਵਾਜ਼ 'ਚ ਬੋਲੀ। ਨਹੀਂ ਹੁਣ ਲੜ ਨਾ ਪਿਓ, ਹਾਲੀ ਤਮਾਸ਼ਾ ਦੇਖਣਗੇ। ਪੀਤੋ ਨੇ ਗੱਲ ਇੱਥੇ ਹੀ ਰੋਕਣੀ ਚਾਹੀ। ਤੂੰ ਆਪ ਹੀ ਦੱਸ ਮੈਂ ਇਹਨੂੰ ਕੁਛ ਕਿਹਾ? ਬੀਰੋ ਨੇ ਆਪਣੀ ਸਫਾਈ ਪੇਸ਼ ਕੀਤੀ। ਤੂੰ ਆਪਦਾ ਟੀਰ ਸੰਭਾਲ, ਝਾਕਦੀ ਕਿਵੇਂ ਹੈ? ਤੇਰੇ ਵਾਂਗੂ ਤਾਂ ਸਾਰੇ ਝਾਕ ਲੈਣਗੇ, ਸਵਾਦ ਤਾਂ ਹੈ ਜੇ ਕੋਈ ਮੇਰੇ ਵਾਂਗੂ ਝਾਕੇ। ਬੀਰੋ ਨੇ ਗੱਲ ਦਾ ਰੁੱਖ ਹਾਸੇ ਵੱਲ ਕਰਤਾ। ਤੂੰ ਬਾਹਲੀ ਟੈਂਟ ਹੈ ਨਾ ਕਰ, ਚੱਕ ਕੇ ਕਿੱਕਰ 'ਤੇ ਬਹਾ ਦੂੰ। ਗੇਜੋ ਨੂੰ ਉਹਦੇ ਹਾਸੇ ਵਿੱਚੋਂ ਵੀ ਗੁੱਸੇ ਦਾ ਸੇਕ ਮਾਰਦਾ ਸੀ। ਅੜੀਓ ਬੱਸ ਕਰੋ ਹੁਣ, ਅੱਜ ਤਾਂ ਚੋਣੀਆਂ ਪਹਿਲਾਂ ਹੀ ਆਈਆਂ ਬੈਠੀਆਂ। ਕੁਲਦੀਪ ਨੇ ਵੀ ਜ਼ਬਾਨ ਖੋਲ੍ਹੀ। ਅੱਜ ਇਹੀ ਦੇਰ ਕਰਕੇ ਆਈਆਂ, ਪਤਾ ਨਹੀਂ ਘਰੇ ਕੀ ਦਾਲ ਦਲਦੀਆਂ ਰਹੀਆਂ, ਪੀਤੋ ਬੋਲੀ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਹਾਸੇ 'ਚ ਹੀ ਬੀਤਦਾ। ਘਰ 'ਚੋਂ ਆਪਣੇ ਆਪ ਨੂੰ ਘੁੱਟਣ 'ਚ ਫਸੀਆਂ ਮਹਿਸੂਸ ਕਰਦੀਆਂ। ਪਿੰਡ ਦਾ ਸੂਹਾ ਪਾਰ ਕਰਦਿਆਂ ਉਹਨਾਂ ਦੀ ਖੁਸ਼ੀ ਦੀ ਦੰਦਲ ਖੁੱਲ੍ਹ ਜਾਂਦੀ। ਘਰੋਂ ਖੇਤ ਵੱਲ ਜਾਂਦੀਆਂ ਤਾਂ ਉਹਨਾਂ ਦੇ ਪੈਰ ਧਰਤੀ ਦੀ ਕਠੋਰ ਪਰ ਉਦਾਰਚਿਤ ਹਿੱਕ 'ਤੇ ਟਿਕਣੋਂ ਸੰਕੋਚ ਕਰਦੇ ਸੀ। ਸਾਰਾ ਦਿਨ ਖੇਤ 'ਚ ਚੜਚੁੱਲਰ ਪਾਉਣਾ, ਕਪਾਹ ਨਾਲ ਉਹਨਾਂ ਦੀਆਂ ਝੋਲੀਆਂ ਜਿਉਂ ਜਿਉਂ ਭਰਦੀਆਂ ਜਾਂਦੀਆਂ, ਤਿਉਂ ਤਿਉਂ ਉਹਨਾਂ ਦੀ ਮਸਤੀ ਵੱਧਦੀ ਜਾਂਦੀ। ਉਹ ਦੂਰ ਗਿਆਂ ਜਾਂ ਮਿਲਣ ਵਾਲਿਆਂ ਦੀ ਯਾਦ 'ਚ ਗੀਤ ਵੀ ਗਾਉਂਦੀਆਂ। ਸੂਰਜ ਜਿਉਂ ਹੀ ਆਪਣਾ ਮੂੰਹ ਲੁਕਾਉਂਦਾ ਉਹਨਾਂ ਦਾ ਖੇੜਾ ਉਹਦੀ ਰੀਸ ਕਰਦਾ। ਆਥਣ ਵੇਲੇ ਉਹ ਦਿਨ ਮਿਲਣੀ ਦੀ ਖੁਸ਼ੀ ਸਾਂਝੀ ਕਰਦੀਆਂ ਅਤੇ ਪਿੰਡ 'ਚ ਵੜਦਿਆਂ ਹੀ ਉਹਨਾਂ ਦੇ ਬੁੱਲ ਜੁੜ ਜਾਂਦੇ। ਸ਼ਾਮ ਨੂੰ ਜਦ ਕੁਲਦੀਪ ਹੋਰੀ ਘਰ ਪਹੁੰਚੀਆਂ ਤਾਂ ਰਾਮ ਕੌਰ ਦਾ ਪਾਰਾ ਚੜਿਆ ਸੀ। ਉਹਦੀ ਹਾਲਤ ਵੇਖ ਕੇ ਕੁਲਦੀਪ ਅਤੇ ਪੀਤੋ ਸੁਸਰੀ ਬਣ ਕੇ ਅੰਦਰ ਵੜੀਆਂ। ਉਹ ਅੰਦਾਜ਼ਾ ਲਾ ਰਹੀਆਂ ਸੀ ਵੀ ਅੱਜ ਕਿਹਦੀ ਸ਼ਾਮਤ ਆਈ ਹੈ। ਆਖਿਰ ਉਹਨਾਂ ਨੂੰ ਇਸ ਕਥਾ 'ਤੇ ਵਿਸ਼ੇ ਵਸਤੂ ਬਾਰੇ ਪਤਾ ਲੱਗ ਹੀ ਗਿਆ।
ਪਿੱਛੇ ਜੇ ਵਿਆਹੀ ਕੁੜੀ ਕਰਤਾਰ ਕੌਰ ਪਹਿਲੀ ਵਾਰੀ ਪੇਕਿਆਂ ਦੇ ਰਹਿਣ ਆਈ ਸੀ। ਅੱਜ ਦੁਪਹਿਰ ਵੇਲੇ ਉਹ ਘੜਾ ਚੁੱਕ ਕੇ ਵੱਡੇ ਖੂਹ 'ਤੇ ਪਾਣੀ ਲੈਣ ਚਲੀ ਗਈ। ਘਰ ਤੋਂ ਇਹ ਖੂਹ ਫਰਲਾਂਗੂ ਵਾਟ 'ਤੇ ਹੈ। ਕੁੜੀ ਤੋਂ ਘੜਾ ਟੁੱਟ ਗਿਆ ਕਿਉਂਕਿ ਉਹ ਇਕੱਲੀ ਘੜੇ ਨੂੰ ਚੁੱਕਣ ਲੱਗੀ ਸੀ, ਪਰ ਘੜਾ ਭਾਰਾ ਹੋਣ ਕਾਰਨ ਪਹਿਲਵਾਨ ਨਿਕਲਿਆ। ਉੱਥੇ ਬਹਿ ਕੇ ਰੋਣ ਲੱਗ ਪਈ। ਬੇਬੇ ਦੀ ਕੁੱਟ ਜੰਮ ਦਾ ਰੂਪ ਧਾਰੀ ਖਲੋਤੀ ਸੀ। ਕਿਸੇ ਨੇ ਆ ਕੇ ਰਾਮ ਕੌਰ ਨੂੰ ਦੱਸ ਦਿੱਤਾ। ਉਹ ਛਿੱਟੀ ਚੁੱਕ ਕੇ ਖੂਹ ਵੱਲ ਤੁਰ ਪਈ। ਕੁੜੀ ਵਿਚਾਰੀ ਪਹਿਲਾਂ ਹੀ ਸਹਿਮੀ ਹੋਈ ਸੀ। ਰਾਮ ਕੌਰ ਨੇ ਜਾ ਕੇ ਛਿੱਟੀਆਂ ਨਾਲ ਡਹਿ ਪਈ। ਵਿਆਹੀ ਕੁੜੀ ਨੂੰ ਕੁੱਟਦਿਆਂ ਮਾਂ ਨੇ ਬਿਲਕੁਲ ਸ਼ਰਮ ਮਹਿਸੂਸ ਨਾ ਕੀਤੀ। ਉਹ ਇਹੀ ਆਖ ਰਹੀ ਸੀ, ਤੌੜਾ ਅੱਜ ਤੇਰੇ ਹੱਡਾਂ 'ਚੋਂ ਕੱਢੂੰ। ਤੌੜਾ ਤਾਂ ਹੱਡਾਂ 'ਚੋਂ ਕੀ ਨਿਕਲਣਾ ਸੀ, ਕੁੱਟ ਕੁੱਟ ਕੇ ਹੱਡ ਛਿੱਲ ਦਿੱਤੇ। ਕੁੜੀ ਤੋਂ ਤੁਰਿਆ ਨਹੀਂ ਸੀ ਜਾਂਦਾ, ਪਰ ਰਾਮ ਕੌਰ ਨੇ ਘਰ ਦਾ ਸਾਰਾ ਕੰਮ ਵੀ ਉਸੇ ਕੋਲੋਂ ਕਰਵਾਇਆ। ਮਾਂ ਤੋਂ ਡਰਦੀ ਰੋ ਵੀ ਨਹੀਂ ਸੀ ਸਕਦੀ। ਕੁਲਦੀਪ ਖੇਤੋਂ ਆਉਂਦੀ ਰੋਟੀ ਟੁੱਕ ਕਰਨ ਲੱਗ ਪਈ। ਉਹ ਆਪਣੀ ਸੱਸ ਬਾਰੇ ਸੋਚੀ ਜਾ ਰਹੀ ਸੀ। ਪੀਤੋ ਨੇ ਵੀ ਅਜੇ ਦੇਵ ਨੂੰ ਛੇੜਨਾ ਸੀ, ਮਾਸਟਰ ਦੀ ਰੀਸ ਲਾਉਣੀ ਸੀ, ਪਰ ਉਹ ਸਭ ਕੁਝ ਭੁੱਲ ਗਈ। ਦੁਪਹਿਰ ਦੀ ਗੱਲ ਦਾ ਗੁੱਸਾ ਰਾਮ ਕੌਰ ਨੂੰ ਅਜੇ ਤੱਕ ਨਹੀਂ ਸੀ ਗਿਆ। ਉਹ ਇੱਕ ਵਾਰੀ ਘੜੇ ਦਾ ਸੱਥਰ ਵੀ ਵਿਛਾ ਚੁੱਕੀ ਸੀ। ਸਾਰਾ ਪਰਿਵਾਰ ਸੋਗਮਈ ਵਾਤਾਵਰਨ 'ਚ ਵਿਚਰ ਰਿਹਾ ਸੀ। ਬੇਬੇ ਦੇ ਡਰ ਨੇ ਸਾਰਿਆਂ ਦੀਆਂ ਰਗਾਂ ਦਾ ਖੂਨ ਜਮਾਤਾ ਸੀ। ਅੰਗ 7 ਸਮੇਂ ਦੇ ਖੰਭਾਂ ਨੂੰ ਕੱਟਣ ਵਾਲੀ ਅਜੇ ਤੱਕ ਕੋਈ ਤਲਵਾਰ ਨਹੀਂ ਬਣੀ ਅਤੇ ਕਦੇ ਬਣਨੀ ਵੀ ਨਹੀਂ। ਆਪਣੀ ਬੰਨੀ ਚਾਲ ਅਨੁਸਾਰ ਇਹ ਚੱਲਦਾ ਜਾ ਰਿਹਾ ਹੈ। ਕੁਲਦੀਪ ਦੀ ਸ਼ਾਦੀ ਤੋਂ 3 ਮਗਰੋਂ ਉਹਦੇ ਘਰ ਮੁੰਡੇ ਨੇ ਜਨਮ ਲਿਆ। ਮੁੰਡੇ ਦਾ ਨਾਂ ਜਗਦੀਸ਼ ਸਿੰਘ ਰੱਖਿਆ ਗਿਆ। ਰਾਮ ਕੌਰ ਦਾ ਘਰ ਵੀ ਅਤੇ ਕੁਲਦੀਪ ਦਾ ਪੇਕਾ ਘਰ ਵੀ ਵਧਾਈਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਜਗਦੀਸ਼ ਦੇ ਜਨਮ ਦੀ ਖੁਸ਼ੀ ਘਰ ਦੇ ਹਰ ਮੈਂਬਰ ਨੇ ਮਨਾਈ। ਕੁਲਵੰਤ ਭਾਵੇਂ ਫੌਜੀ ਆਦਮੀ ਸੀ, ਪਰ ਉਹ ਸ਼ਰਾਬ ਕਦੇ ਕਦਾਈ ਪੀਂਦਾ ਸੀ। ਪਰ ਪੁੱਤ ਜੰਮਣ ਦੀ ਖੁਸ਼ੀ 'ਚ ਉਹਨੇ ਵੀ ਆਪਣੀ ਸਾਰੀ ਪਲਟਣ ਨੂੰ ਸ਼ਰਾਬ ਪਿਆਈ। ਸਾਲ 1952 ਹਰ ਇੱਕ ਲਈ ਖੁਸ਼ੀਆਂ ਭਰਿਆ ਚੜਿਆ। ਭੂਆ ਵੀ ਖੁਸ਼, ਇੱਕ ਭਤੀਜਾ ਲੋਰੀਆਂ ਦੇਣ ਲਈ ਮਿਲਿਆ। ਗੱਲ ਕੀ, ਸਭਨਾਂ ਲਈ ਇੱਕ ਬਹਾਰ ਆ ਗਈ। ਰਾਮ ਕੌਰ ਨੂੰਹ ਲਈ ਪੰਜੀਰੀ ਲੈ ਕੇ ਗਈ। ਕੁਲਦੀਪ ਆਪਣੀ ਸੱਸ ਦਾ ਖੁਸ਼ੀ ਭਰਿਆ ਚਿਹਰਾ ਵੇਖ ਕੇ ਹੈਰਾਨ ਰਹਿ ਗਈ। ਜਿਸ ਚਿਹਰੇ 'ਤੇ ਗੁੱਸੇ ਦੀਆਂ ਰੇਖਾਵਾਂ ਉੱਭਰੀਆਂ ਰਹਿਣ, ਉੱਤੇ ਜੇ ਖੁਸ਼ੀ ਦੀ ਮਹਿਕ ਖਿਲਰ ਜਾਏ ਤਾਂ ਹੈਰਾਨੀ ਤਾਂ ਹੋਣੀ ਹੋਈ। ਰਾਮ ਕੌਰ ਆਪਣੇ ਕੁੜਮਾਂ ਦੇ ਘਰ ਪਹਿਲੀ ਵਾਰੀ ਰਾਤ ਰਹੀ। ਅਗਲੀ ਸਵੇਰ ਉਹ ਲੈਣ ਦੇਣ ਦਾ ਵਿਹਾਰ ਕਰਕੇ ਵਾਪਸ ਆ ਗਈ। ਰਾਮ ਕੌਰ ਦੇ ਜਾਣ ਮਗਰੋਂ ਚਿੰਤੋ ਦਾ ਰਵੱਈਆ ਕੁਲਦੀਪ ਪ੍ਰਤੀ ਕੁਝ ਚੰਗਾ ਨਹੀਂ ਸੀ। 1.25 ਮਹੀਨੇ ਤੋਂ ਇਹ ਚਿੰਤੋ ਘਰ 'ਚ ਮਿੱਟੀ ਫੇਰਨੀ ਚਾਹੁੰਦੀ ਸੀ, ਪਰ ਘਰ 'ਚ ਮਿੱਟੀ ਦੀ ਇੱਕ ਡਲੀ ਵੀ ਨਹੀਂ ਸੀ। ਮੁੰਡਾ ਵੀ ਬਹੁਤ ਵਿਹਰਦਾ ਸੀ, ਜਿਸ ਕਾਰਨ ਦਿਹਾੜੀ 'ਚ ਉਹਨੂੰ ਕਈ ਵਾਰੀ ਲੋਰੀਆਂ ਦੇਣੀਆਂ ਪੈਂਦੀਆਂ। ਅੱਜ ਮਸਾਂ ਹੀ ਮੁੰਡੇ ਦੀ ਅੱਖ ਲੱਗੀ ਸੀ। ਚਿੰਤੋ ਨੇ ਇਹੀ ਮੁਨਾਸਬ ਸਮਝਿਆ ਵੀ ਹੁਣ ਛੱਪੜ ਤੋਂ ਮਿੱਟੀ ਲਿਆਉਂਦੀ ਜਾਵੇ। ਕੁੜੇ ਦੀਪੋ, ਉੱਠ ਕੁੜੇ ਭੋਰਾ, ਮਿੱਟੀ ਚੱਕ ਲਿਆਈਏ, ਵਾਹਵਾ ਮੁੰਡਾ ਟਿਕਿਆ ਵਾ। ਚਿੰਤੋ ਬੋਲੀ, ਨਾ ਮਾਸੀ, ਮੈਥੋਂ ਤਾਂ ਨਹੀਂ ਜਾਈਦਾ। ਲੈ ਕੁੜੇ, ਤੜੱਕ ਦੇਣੇ ਜਵਾਬ ਦੇ ਤਾ, ਤੈਥੋਂ ਖਾਈਦਾ, ਕੰਮ ਨਹੀਂ ਹੁੰਦਾ, ਤੈਨੂੰ ਹੋਇਆ ਕੀ ਹੈ? ਮੈਨੂੰ ਕੀ ਹੋਣਾ ਸੀ, ਲੋਕ ਸਵੇਰੇ ਜਵਾਕ ਜੰਮ ਕੇ ਆਥਣੇ ਪੱਠੇ ਵੱਢਣ ਤੁਰ ਜਾਂਦੀਆਂ ਨੇ, ਇਹਨੂੰ 40 ਦਿਨ ਹੋ ਗਏ ਵਿਹਲੀ ਬੈਠੀ ਨੂੰ। ਮਾਸੀ, ਜੇ ਮੈਂ ਕੰਮ ਹੀ ਕਰਨਾ ਤਾਂ ਮੈਥੋਂ ਸਹੁਰਿਆਂ ਦੀਆਂ ਜੁੱਤੀਆਂ ਨਹੀਂ ਖਾਈਦੀਆਂ। ਜਾ ਤੂੰ ਉਹਨਾਂ ਦੀਆਂ ਜੁੱਤੀਆਂ ਖਾ, ਭੇਜ ਦੇ ਸੁਨੇਹਾ, ਜੇ ਕੋਈ ਕੰਮ ਕਾਰ ਨੂੰ ਹੀ ਨਹੀਂ ਹੱਥ ਪਾਉਣਾ ਤਾਂ ਮੈਨੂੰ ਤੇਰਾ ਕੀ ਸਲਾਭਾ। ਜਿਹੜੀ ਵਿਆਹ ਤੱਕ ਇਸ ਘਰ 'ਚ ਢੂਈ ਕੁਟਾਈ ਹੈ, ਉਹਨਾਂ 3 'ਚ ਨਾ 13 'ਚ। ਕੁਲਦੀਪ ਨੇ ਚਿੰਤੋ ਦੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਬਾਹਰੋਂ ਇੱਕ ਸਾਈਕਲ ਦਾ ਮੂਰਲਾ ਪਹੀਆ ਬੂਹਿਓਂ ਅੰਦਰ ਹੋਇਆ। ਦੋਵੇਂ ਜਣੀਆਂ ਕੁਲਵੰਤ ਨੂੰ ਵੇਖ ਕੇ ਹੈਰਾਨ ਰਹਿ ਗਈਆਂ। ਕੁਲਵੰਤ ਆਪਣੇ ਪੁੱਤ ਨੂੰ ਮੂੰਹ ਵੇਖਣ ਵਾਸਤੇ ਫੌਜ 'ਚੋਂ ਛੁੱਟੀ ਲੈ ਕੇ ਆਇਆ ਸੀ। ਦਿਨ ਚੜ੍ਹਦਿਆਂ ਹੀ ਉਹ ਆਪਣੇ ਚਾਚੇ ਤੋਂ ਸਾਈਕਲ ਮੰਗ ਕੇ ਸਹੁਰੀ ਪਹੁੰਚ ਗਿਆ। ਚਿੰਤੋ ਨੇ ਜਵਾਈ ਦਾ ਰਸਮੀ ਜਿਹਾ ਸਿਰ ਪਲੋਸਿਆ। ਕੁਲਵੰਤ ਨੇ ਗੱਲਾਂ ਸੁਣ ਲਈਆਂ ਸੀ। ਗੁੱਸਾ ਉਸ ਵਿੱਚ ਹੱਦੋਂ ਬਹੁਤਾ ਸੀ। ਉਹ ਕਦ ਸਹਾਰ ਸਕਦਾ ਸੀ ਵੀ ਕੋਈ ਉਹਦੀ ਪਤਨੀ ਨੂੰ ਚੁਭਵੀਂ ਗੱਲ ਆਖੇ। ਕੁਲਵੰਤ ਸਵੇਰੇ 9 ਆਇਆ ਸੀ, ਬਾਅਦ ਦੁਪਹਿਰ 3 ਕੁਲਦੀਪ ਨੂੰ ਨਾਲ ਲੈ ਕੇ ਤੁਰ ਪਿਆ। ਚਿੰਤੋ ਉਹਨਾਂ ਨੂੰ ਗਲੀ ਦੇ ਮੋੜ 'ਤੇ ਹੀ ਛੱਡ ਗਈ, ਜਦਕਿ ਪਹਿਲੀ ਫਿਰਨੀ ਤੱਕ ਵੀ ਹੋ ਆਉਂਦੀ ਸੀ ਕੁਲਦੀਪ ਸਾਈਕਲ ਦੇ ਪਿੱਛੇ ਖਾਮੋਸ਼ ਬੈਠੀ ਸੀ। ਉਹਦੀ ਗੁੱਦੀ ਮੁੰਡਾ ਸੀ, ਉਹ ਭਾਵੇਂ ਸਹੁਰਿਆਂ ਨੂੰ ਜਾ ਰਹੀ ਸੀ, ਪਰ ਖਿਆਲ ਉਹਦੇ ਪਿਛਾਂ ਵਾਲੀ ਉਡਾਰੀਆਂ ਮਾਰ ਰਹੇ ਸੀ। ਅੱਜ ਮਾਸੀ ਨੂੰ ਕੀ ਪੁੱਠੀ ਵਾਹ ਵੱਗ ਗਈ, ਉਹ ਇੰਨਾ ਬਦਲ ਕਿਉਂ ਗਈ? ਆਖਰ ਮਤੇਈ ਮਾਂ ਹੀ ਰਹੀ ਨਾ, ਬਗਾਨੇ ਨੂੰ ਕੀ ਤਰਸ ਹੁੰਦਾ? ਜੇ ਪਾਣੀ ਲਹੂ ਬਣ ਜਾਏ ਤਾਂ ਫਿਰ ਘਾਟਾ ਕਿਹੜੀ ਗੱਲ ਦਾ? ਹਾਏ ਮਾਂ, ਅੱਜ ਜੇ ਤੂੰ ਹੁੰਦੀ ਤਾਂ ਮੰਜਿਓਂ ਪੈਰ ਨਾ ਭੁੰਜੇ ਲਾਉਣ ਦਿੰਦੀ। ਮਾਂ, ਅੱਜ ਤੂੰ ਮੈਨੂੰ ਇੰਨੀ ਯਾਦ ਕਿਉਂ ਆਉਣੀ ਹੈ? ਦਿਲ ਕਿਉਂ ਭਰਿਆ ਪਿਆ? ਇਹ ਕਿਸ ਕਿਸ ਕੋਲ ਫੁੱਲਾਂ?
ਮਾਂ ਅੱਜ ਜੇ ਤੂੰ ਹੁੰਦੀ ਕਿਸੇ ਨੇ ਸੱਚ ਹੀ ਕਿਹਾ ਮੈਂ ਸੌ ਸੌ ਰੁੱਖ ਪਈ ਲਾਵਾਂ ਰੁੱਖ ਤਾਂ ਹਰੇ ਭਰੇ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਚੱਲ ਹੋ ਲੋਕੀ ਪੁੱਤਾਂ ਨੂੰ ਤਰਸਦੀਆਂ ਅਤੇ ਮੇਰਾ ਤਾਂ ਭੁਲੇਠਾ ਪੁੱਤ ਜੰਮਿਆ ਮੇਰੇ ਜਿੰਨੀ ਭਾਗਾਂ ਵਾਲੀ ਕੌਣ ਹੈ ਕੀ ਹੋ ਗਿਆ ਜੇ ਅੱਜ ਦੁਖੀ ਹਾਂ ਸੁੱਖ ਭੋਗੂੰਗੀ ਅਖੇ ਤੇਲ ਦੇਖ ਤੇਲ ਦੀ ਧਾਰ ਦੇਖ ਵੇਲੇ ਦੇ ਨਾਲ ਢਲੀਏ ਤਾਂ ਚੰਗਾ ਹੁੰਦਾ ਕੁਲਦੀਪ ਖਿਆਲਾਂ ਹੀ ਖਿਆਲਾਂ 'ਚ ਆਪਣੇ ਮਨ ਨੂੰ ਸਮਝਾ ਲੈਂਦੀ ਕੁਲਦੀਪ ਅਤੇ ਕੁਲਵੰਤ ਦੋਵੇਂ ਸੋਚਾਂ ਦੀ ਉਲਝਣ 'ਚ ਉਲਝੇ ਹੋਏ ਸੀ ਕੁਲਦੀਪ ਨੇ ਆਪਣੇ ਆਪ ਨੂੰ ਇਸ ਗੁੰਝਲ 'ਚੋਂ ਕੱਢਿਆ ਬੋਲਦਾ ਨਹੀਂ ਕੁਲਦੀਪ ਨੇ ਪਤੀ ਨੂੰ ਬੁਲਾਇਆ ਜਿੱਥੇ ਤੇਰੀ ਮਿਲਟਰੀ ਹੈ ਉੱਥੇ ਮੈਨੂੰ ਵੀ ਲੈ ਚੱਲ ਕਿਉਂ ਹੋਰ ਕੀ ਤੂੰ ਕਹਿੰਦਾ ਉੱਥੇ ਲੰਗਰ 'ਚ ਰੋਟੀ ਖਾਈ ਦੀ ਹੈ ਮੈਂ ਘਰ ਹੀ ਪਕਾ ਕੇ ਖਵਾਇਆ ਕਰੂੰ ਉੱਥੇ ਬੁੜੀਆਂ ਨੂੰ ਭੱਜਣਾ ਵੀ ਪੈਂਦਾ ਨਾ ਮੈਥੋਂ ਕਿਤੇ ਭੱਜਿਆ ਨਾ ਜਾਊ ਚੰਗਾ ਲੈ ਚੱਲੂ ਕਦੋਂ ਜਦੋਂ ਫੇਰ ਆਇਆ ਨਾ ਜਦੋਂ ਅਗਲੇ ਤੈਨੂੰ ਲਟੈਰ ਕਰ ਦੇਣਗੇ ਫਿਰ ਕਿੱਥੋਂ ਦੇਖ ਲੂੰ ਮੈਂ ਮਿਲਟਰੀ ਅਜੇ ਨਹੀਂ ਮੈਂ ਰਿਟਾਇਰ ਹੁੰਦਾ ਹੁਣ ਜਾ ਕੇ ਕਮਰੇ ਵਾਸਤੇ ਅਰਜ਼ੀ ਦੇਊਂਗਾ ਫਿਰ ਤੈਨੂੰ ਲੈ ਜੂੰਗਾ ਹੁਣ ਤਾਂ ਅਸੀਂ ਉੱਥੇ ਮੈਸ 'ਚੋਂ ਇਕੱਠੇ ਰੋਟੀ ਖਾਂਦੇ ਹਾਂ ਇਕੱਠੇ ਸੌਂਦੇ ਹਾਂ ਕੁਲਵੰਤ ਸਿੱਖ ਰੈਜੀਮੈਂਟ 'ਚ ਸਿਪਾਹੀ ਸੀ ਫਿਰ ਅਗਲੀ ਵਾਰ ਜ਼ਰੂਰ ਲੈ ਜਾਏਗਾ ਨਾ ਕੁਲਦੀਪ ਨੇ ਪਤੀ ਨੂੰ ਪੱਕਿਆਂ ਕੀਤਾ ਹਾਂ ਜ਼ਰੂਰ ਤੋਂ ਜ਼ਰੂਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਉਹ ਪਿੰਡ ਅੱਪੜ ਗਏ ਕੁਲਦੀਪ ਫਿਰਨੀ 'ਤੇ ਸਾਈਕਲ 'ਤੇ ਉਤਰ ਗਈ ਕੁਲਵੰਤ ਘਰ ਦੇ ਬਾਰ ਮੂਹਰੇ ਪਹੁੰਚਿਆ ਬਾਬਾ ਆਹ ਲੈ ਮੇਰੇ ਕੁੜਮਾਂ ਦਾ ਤੀਜਾ ਖੇਸ ਅੰਦਰੋਂ ਰਾਮ ਕੌਰ ਦੀ ਆਵਾਜ਼ ਆਈ ਉਹ ਆਪਣੇ ਸਹੁਰੇ ਨੂੰ ਕੁਲਦੀਪ ਦੇ ਪੇਕਿਆਂ ਤੋਂ ਮਿਲਿਆ ਖੇਸ ਦੇ ਰਹੀ ਸੀ ਜੋ ਰਾਮ ਕੌਰ ਗਈ ਨੂੰ ਮਿਲਿਆ ਸੀ ਕਈ ਦਿਨਾਂ ਤੋਂ ਮਗਰੋਂ ਉਹਦਾ ਸਹੁਰਾ ਅੱਜ ਉਹਦੇ ਘਰ ਆਇਆ ਸੀ ਬਾਬੇ ਨੇ ਖੇਸ ਫੜ ਲਿਆ ਕੁਲਵੰਤ ਸਾਈਕਲ ਅੰਦਰ ਲੈ ਗਿਆ ਪੀਤੋ ਸਾਈਕਲ 'ਤੇ ਰੱਖਿਆ ਸਮਾਨ ਦੇਖ ਕੇ ਸਮਝ ਗਈ ਕਿ ਕੁਲਦੀਪ ਵੀ ਆ ਗਈ ਹੈ ਉਹਦਾ ਦਿਲ ਕੀਤਾ ਭੱਜ ਕੇ ਉਹ ਭਾਬੀ ਨੂੰ ਰਾਹ 'ਚ ਹੀ ਜਾ ਮਿਲੇ ਪਰ ਬੇਬੇ ਦਾ ਖਿਆਲ ਆਉਂਦੇ ਹੀ ਉਹਦੇ ਕਦਮ ਢਿੱਲੇ ਪੈ ਗਏ ਕੁਲਵੰਤ ਮੈਂ ਅੱਜ ਤੈਨੂੰ ਹੀ ਮਿਲਣ ਆਇਆ ਸੀ ਕੱਲ੍ਹ ਪਤਾ ਲੱਗਿਆ ਤੂੰ ਆਇਆ ਹੋਇਆ ਅਤੇ ਅੱਜ ਇਹ ਤੂੰ ਸਹੁਰਿਆਂ ਨੂੰ ਵੀ ਭੱਜ ਗਿਆ ਬਾਬੇ ਨੇ ਗਿਲਾ ਕੀਤਾ ਉਹਦਾ ਕੁਲਵੰਤ ਨਾਲ ਬਹੁਤ ਮੋਹ ਸੀ ਬਾਬਾ ਕੱਲ੍ਹ ਮੈਂ ਐਵੇਂ ਤੈਨੂੰ ਮਿਲਣ ਦੀ ਘੋਲ ਕਰ ਗਿਆ ਕੁਲਵੰਤ ਬਾਬੇ ਦੇ ਨੇੜੇ ਹੀ ਬੈਠ ਗਿਆ ਇੰਨੇ ਨੂੰ ਕੁਲਦੀਪ ਵੀ ਆ ਗਈ ਉਹਨੇ ਪਹਿਲਾਂ ਬਾਬੇ ਦੇ ਅਤੇ ਫਿਰ ਸੱਸ ਦੇ ਪੈਰੀਂ ਹੱਥ ਲਾਏ ਸਵਾਦ 'ਚ ਖੜੀ ਪਿਆਰ ਤੱਕਣੀ ਤੱਕਦੀ ਆਪਣੀ ਸੁਨੇਹੀ ਨਨਾਣ ਪੀਤੋ ਨੂੰ ਉਹਨੇ ਬੁੱਕਲ 'ਚ ਲੈ ਲਿਆ ਪੀਤੋ ਨੇ ਝਬਦੇ ਹੀ ਮੁੰਡੇ ਨੂੰ ਚੱਕ ਲਿਆ ਰਾਮ ਕੌਰ ਗੁਆਂਢੀਆਂ ਦੇ ਘਰ ਜਾ ਬੈਠੀ ਸੋਚਦੀ ਸੀ ਸ਼ਾਇਦ ਚਾਹ ਬਣਾਉਣ ਦੀ ਔਲੀ ਟਲ ਜਾਵੇ ਗੁੜ ਕਿਹੜਾ ਸਸਤਾ ਮਿਲਦਾ ਸੀ ਚਾਹ ਦਾ ਰਿਵਾਜ਼ ਚੱਲੇ ਨੂੰ ਅਜੇ ਬਹੁਤਾ ਚਿਰ ਨਹੀਂ ਸੀ ਹੋਇਆ ਉਹ ਇਸ ਰਿਵਾਜ਼ ਦੇ ਵਿਰੁੱਧ ਸੀ ਪੀਤੋ ਮਗਰ ਹੀ ਚਲੀ ਗਈ ਬੇਬੇ ਕੁੰਜੀ ਦੇ ਦੇ ਗੁੜ ਪੱਤੀ ਘਿਓ ਹੋਰ ਨਿੱਕੜ ਸੁੱਕੜ ਇੱਕ ਬਾਰੀ 'ਚ ਸਾਂਭ ਕੇ ਉਹਨੂੰ ਤਾਲਾ ਲਾ ਕੇ ਚਾਬੀ ਰਾਮ ਕੌਰ ਆਪਣੇ ਕੋਲ ਰੱਖਦੀ ਸੀ ਬੇਬੇ ਉੱਠ ਕੇ ਬਾਹਰ ਆ ਗਈ ਕੀ ਕਰਨੀ ਹੈ ਰਾਮ ਕੌਰ ਕੁਰਖਤ ਆਵਾਜ਼ 'ਚ ਬੋਲੀ ਚਾਹ ਮਿੱਠਾ ਕੱਢਣਾ ਪੀਤੋ ਨੇ ਜਵਾਬ ਦਿੱਤਾ ਕੁੜੇ ਪਹਿਲਾਂ ਪੁੱਛ ਤਾਂ ਲੈਂਦੀ ਚਾਹ ਪੀਣੀ ਵੀ ਹੈ ਕਿ ਨਹੀਂ ਬਾਈ ਕਹਿੰਦਾ ਬਣਾ ਲਾ ਚੰਗਾ ਫਿਰ ਉਸ ਬੁੱਢੇ ਦਾ ਪਾਣੀ ਨਾ ਪਾਈ ਬਾਈ ਨੇ ਤਾਂ ਉਹਨੂੰ ਦਿੱਤੇ ਬਿਨਾਂ ਪੀਣੀ ਵੀ ਨਹੀਂ ਰਾਮ ਕੌਰ ਨੂੰ ਆਪਣੇ ਪੁੱਤ 'ਤੇ ਗੁੱਸਾ ਆਇਆ ਬਾਬੇ ਨੂੰ ਚਾਹ ਦਿੱਤੇ ਬਿਨਾਂ ਉਹ ਚਾਹ ਨਹੀਂ ਸੀ ਪੀਂਦਾ ਖਿਚੜੀ ਧਰੀ ਉਹ ਨਹੀਂ ਸੀ ਖਾਂਦਾ ਅਤੇ ਚਾਚੇ ਦੇ ਘਰੋਂ ਰੋਟੀ ਖਾ ਆਉਂਦਾ ਸੀ ਇਹ ਘਰ ਨੂੰ ਘਾਟੇ ਲਈ ਜੰਮਿਆ ਉਹ ਸੋਚਦੀ ਅੰਗ ਅੱਠਵਾਂ ਜਗਦੀਸ਼ ਜੀ ਨੂੰ ਸਾਰੇ ਪਿਆਰ ਨਾਲ ਜੱਗਾ ਹੀ ਆਖਦੇ ਸੀ 6 ਮਹੀਨਿਆਂ ਦਾ ਹੋ ਗਿਆ ਸੀ ਉਹ ਹਰ ਗੱਲ 'ਤੇ ਰਿਆੜ ਕਰਦਾ ਸੀ ਰੋਣਾ ਉਹਦੀ ਪ੍ਰਮੁੱਖ ਆਦਤ ਸੀ ਰਾਮ ਕੌਰ ਸਾਰਾ ਦਿਨ ਉਹਨੂੰ ਚੱਕੀ ਵਰਾਉਂਦੀ ਰਹਿੰਦੀ ਕੁਲਦੀਪ ਦਾ ਆਪਣੇ ਬੱਚੇ ਪ੍ਰਤੀ ਸਿਰਫ ਦੁੱਧ ਦੇਣ ਦਾ ਫਰਜ਼ ਸੀ ਉਹ ਆਪਣੇ ਘਰ ਦੇ ਕੰਮਾਂ 'ਚ ਰੁੱਝੀ ਰਹਿੰਦੀ ਅੱਜ ਸਵੇਰ ਦਾ ਕਈ ਵਾਰ ਕਾਂਕ ਲਾਉਂਦਾ ਹਟਿਆ ਸੀ ਕੁਲਦੀਪ ਅੱਜ ਕਈ ਵਾਰ ਬਾਹਰ ਵੱਲ ਝਾਤੀ ਮਾਰ ਚੁੱਕੀ ਸੀ ਅੱਜ ਉਹਨੇ ਖੇਲ ਵੀ 3 ਵਾਰੀ ਡੋਲੀ ਰਾਹ 'ਤੇ ਅੱਖਾਂ ਵੀ ਵਿਛਾਈਆਂ ਉਹਦੀਆਂ ਅੱਖਾਂ ਆਪਣੀ ਮਾਂ ਜਾਈ ਨੂੰ ਦੇਖਣ ਲਈ ਤਰਸ ਰਹੀਆਂ ਸੀ ਮਨਜੀਤ ਦੇ ਰੋਜ਼ ਆਉਂਦੇ ਸੁਨੇਹਾਂ ਕਾਰਨ ਜੋਰਾ ਸਿੰਘ ਉਹਨੂੰ ਬੀਕਾਨੇਰ ਤੋਂ ਲੈਣ ਵਾਸਤੇ ਗਿਆ ਸੀ ਆਥਣ ਹੋ ਗਿਆ ਕੁਲਦੀਪ ਦੀਆਂ ਉਡੀਕਾਂ ਵੀ ਮੰਦ ਪੈਂਦੀਆਂ ਗਈਆਂ ਆਟਾ ਗੁੰਨਣ ਬੈਠੀ ਆਟਾ ਬੁੜ ਕੇ ਪਰਾਤੋਂ ਬਾਹਰ ਜਾ ਡਿ ਗਿਆ ਪਰ ਕੁਲਦੀਪ ਨੇ ਉਹਨੂੰ ਝੂਠਾ ਕਰਾਰ ਦੇ ਕੇ ਮੂੰਹ ਵੱਟ ਲਿਆ ਜਦ ਉਹਨੇ ਉਮੀਦ ਲਾਤੀ ਤਾਂ ਅਚਾਨਕ ਉਹਦੀਆਂ ਅੱਖਾਂ 'ਚ ਖੁਸ਼ੀ ਦੀ ਚਮਕ ਆ ਗਈ ਉਹਨੂੰ ਇਹ ਗੱਲ ਪੀਤੋ ਨੇ ਆ ਕੇ ਦੱਸੀ ਕੁਲਦੀਪ ਦਾ ਦਿਲ ਕੀਤਾ ਭੈਣ ਨੂੰ ਅੱਗਲ ਵਾਂਢੀ ਜਾ ਮਿਲੇ ਪਰ ਉਹ ਸੱਸ ਤੋਂ ਡਰ ਗਈ ਕੁਝ ਹੀ ਚਿਰ ਮਗਰੋਂ ਮਨਜੀਤ ਘਰ ਆ ਗਈ ਕੁਲਦੀਪ ਦਾ ਤਾਂ ਉਹਦੀ ਸ਼ਕਲ ਵੇਖ ਕੇ ਮੂੰਹ ਹੀ ਅੱਡਿਆ ਰਹਿ ਗਿਆ ਮਨਜੀਤ ਦੀ ਸਿਹਤ ਕੁਦਰਤੀ ਘੱਟ ਸੀ ਪਰ ਹੁਣ ਉਹ ਅੱਗੇ ਨਾਲੋਂ ਵੀ ਰਹਿ ਗਈ ਸੀ ਉਹਦੀਆਂ ਗੱਲਾਂ 'ਤੇ ਜ਼ਖਮਾਂ ਦੇ ਨਿਸ਼ਾਨ ਸੀ ਉਹ ਆਉਂਦੀਆਂ ਹੀ ਨਤਾਣਿਆਂ ਵਾਂਗ ਮੰਜੇ 'ਤੇ ਧੰਮ ਕਰਕੇ ਬਹਿ ਗਈ ਕੁਲਦੀਪ ਦਾ ਦਿਲ ਮੱਚਿਆ ਉਹ ਆਪਣੀ ਚਿਰ ਵਿਛੜੀ ਭੈਣ ਨਾਲ ਰੱਜ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ ਬਚਪਨ 'ਚੋਂ ਭਾਵੇਂ ਲੜ ਵੀ ਪਿਆ ਕਰਦੀਆਂ ਸੀ ਪਰ ਉਸ ਲੜਾਈ 'ਚ ਵੀ ਇੱਕ ਸਕੂਨ ਹੁੰਦਾ ਸੀ ਕੁਲਦੀਪ ਦੇ ਦਿਲ ਨੇ ਚਾਹਿਆ ਕਿ ਅੱਜ ਫਿਰ ਉਹੀ ਬਚਪਨ ਹੋਵੇ
ਉਹ ਦੋਵੇਂ ਫਿਰ ਕਿਸੇ ਛੋਟੀ ਜਿਹੀ ਗੱਲ 'ਤੇ ਝਗੜ ਪੈਣ ਅਤੇ ਬਿਨਾਂ ਕਿਸੇ ਸ਼ਰਤ ਦੇ ਫਿਰ ਸੁਲਾਹ ਹੋ ਜਾਏ। ਪਰ ਫਿਰ ਦਿਨ ਪਿੱਛੇ ਨਹੀਂ ਮੁੜ ਸਕਦੇ, ਉਹੀ ਅਨਮੋਲ ਦਿਨ। ਦੋ ਦਿਨ ਤਾਂ ਦੋਵੇਂ ਭੈਣਾਂ ਆਪਸ 'ਚ ਕੋਈ ਵੀ ਗੱਲ ਸਾਂਝੀ ਨਾ ਕਰ ਸਕੀਆਂ, ਪਰ ਤੀਜੇ ਦਿਨ ਉਹਨਾਂ ਨੂੰ ਇਕਾਂਤ ਮਿਲ ਗਈ। ਦੋਵੇਂ ਭੈਣਾਂ ਮਿਲ ਬੈਠੀਆਂ। ਕੁਲਦੀਪ ਦਾ ਮਨ ਭਰਿਆ ਰਹਿੰਦਾ, ਉਹਨੂੰ ਆਪਣੀ ਮਾਂ ਸਦਾ ਯਾਦ ਆਉਂਦੀ ਅਤੇ ਚਿੰਤੋ ਦੀ ਬੇਰੁਖੀ ਵੀ ਨਾਲ ਹੀ ਆ ਖੜਦੀ। ਜੀਤੋ ਅੜੀਏ ਸੁੱਖ ਸਾਂ ਦੇ ਆਪਦੀ, ਕੁਲਦੀਪ ਨੇ ਗੱਲ ਧੋਰੀ। ਮਨਜੀਤ ਕੋਈ ਜਵਾਬ ਦੇਣ ਦੀ ਬਜਾਏ ਮੂੰਹ ਅੱਗੇ ਚੁੰਨੀ ਕਰਕੇ ਰੋ ਪਈ। ਕੁਲਦੀਪ ਦਾ ਤਾਂ ਪਹਿਲਾਂ ਹੀ ਮਨ ਭਰਿਆ ਸੀ, ਦੋਵੇਂ ਰੋ ਕੇ ਹੌਲੀਆਂ ਹੋ ਗਈਆਂ ਤਾਂ ਗੱਲਬਾਤ ਸ਼ੁਰੂ ਹੋਈ। ਭੈਣੇ ਹਾਲ ਕੀ ਪੁੱਛਦੀਆਂ, ਬਾਲੀ ਲੰਘ ਗਈ, ਥੋੜ੍ਹੀ ਰਹਿ ਗਈ, ਮਨਜੀਤ ਅੱਖਾਂ ਪੂੰਝਦੀ ਬੋਲੀ। ਹਾਏ ਹਾਏ ਨਹੀਂ, ਇੱਦਾਂ ਕਿਉਂ ਕਹਿੰਦੀ ਹੈ, ਰੱਬ ਕਰੇ ਮੇਰਾ ਹਾਲ ਕੋਈ ਨਾ ਜੀਵੇ। ਮਨਜੀਤ ਫਿਰ ਰੋ ਪਈ। ਬਸ ਕਰ ਜੀਤੋ, ਰੋਇਆ ਕੋਈ ਰੱਬ ਰੀਝਦਾ, ਕੁਲਦੀਪ ਬਾਹਰ ਵੱਲ ਝਾਕਦੀ ਬੋਲੀ। ਉਹਨੂੰ ਆਪਣੀ ਸੱਸ ਦੇ ਆ ਜਾਣ ਦਾ ਡਰ ਸੀ, ਬਸ ਕੀ ਕਰਾਂ, ਦਿਲ ਉੱਛਲਦਾ ਪਰ ਕੁਛ ਦੱਸੇ ਵੀ ਨਾ। ਦੱਸਣ ਵਾਲੀ ਹੋਵਾਂ ਤਾਂ ਦੱਸਾਂ, ਪਾਪੀ ਨੇ ਮੈਨੂੰ ਤੁਰਨ ਜੋਗੀ ਨਹੀਂ ਛੱਡਿਆ। ਕਿਉਂ, ਬਗੈਰ ਕਿਸੇ ਗੱਲੋਂ ਕੁੱਟਣ ਲੱਗ ਪੈਂਦਾ ਸੀ, ਤੈਨੂੰ ਕੁੱਟਦਾ ਹੁੰਦਾ ਸੀ। ਕੁੱਟਣ ਵਰਗਾ ਕੁੱਟਣ ਮੇਰੇ ਉਹਨੇ ਪਾਸੇ ਭੰਨ ਸਿੱਟੇ। ਤੇਰੀਆਂ ਗੱਲਾਂ 'ਤੇ ਕੀ ਹੋਇਆ, ਉਹਦੇ ਬੂਟਾਂ ਦੇ ਠੁੱਡੇ ਵੱਜੇ ਵੇ ਆ, ਪਾਕ ਪੈ ਗਈ ਸੀ, ਹੁਣ ਤਾਂ ਆਰਾਮ। ਜ਼ਾਲਮਾ, ਤੈਨੂੰ ਤਰਸ ਨਾ ਆਇਆ, ਕੁਲਦੀਪ ਭੈਣ ਦੇ ਦੁੱਖ 'ਚ ਦੁਖੀ ਸੀ। ਤਰਸ ਨਾਂ ਦੀ ਕੋਈ ਚੀਜ਼ ਉਹਦੇ ਨੇੜਿਓਂ ਵੀ ਨਹੀਂ ਸੀ ਲੰਘੀ। ਮੇਰੇ ਦੋਵੇਂ ਹੱਥ ਪਾਵਿਆਂ ਹੇਠ ਦੇ ਕੇ ਮੰਜੇ 'ਤੇ ਆਪ ਪੈ ਰਹਿੰਦਾ ਸੀ। ਹਾਏ, ਚਲੋ ਉਹ ਜਾਣੇ, ਜੇ ਕੋਈ ਕਰਦਾ ਤਾਂ ਕਰੀ ਜਾਵੇ, ਆਪਦੇ ਕੋਲੋਂ ਨਾ ਹੋਣ। ਉਹਨੂੰ ਵਾਹ ਨਾ ਤੱਤੀ ਲੱਗੇ, ਮਨਜੀਤ ਦਾ ਇਸਤਰੀ ਦਿਲ ਬੋਲਿਆ। ਨਹੀਂ ਤੂੰ ਸਹਿ ਕਿਵੇਂ ਲੈਂਦੀ ਸੀ, ਮੇਰੇ ਅਰਗੀ ਤਾਂ ਊਈਂ ਮਰ ਜਾਂਦੀ। ਚੱਲ ਛੱਡ ਇਹਨਾਂ ਗੱਲਾਂ ਨੂੰ, ਇਹ ਝੇੜੇ ਤਾਂ ਮੁੱਕਣੇ ਹੀ ਨਹੀਂ। ਤੂੰ ਸੁਣਾ, ਜੀਜਾ ਕਦੋਂ ਆ ਰਿਹਾ? ਮਨਜੀਤ ਆਪਣੇ ਸਾਰੇ ਗਮ ਤਿਆਗ ਕੇ ਖੁਸ਼ੀ ਦੀ ਹਾਲਤ ਵਿੱਚ ਆਉਣਾ ਚਾਹੁੰਦੀ ਸੀ, ਪਰ ਖੁਸ਼ੀ ਕਿਹਨੂੰ ਨਸੀਬ ਸੀ? ਦੋ ਪਲ ਦਾ ਖੇੜਾ ਆਉਂਦਾ ਅਤੇ ਯਾਦ ਨਾਂ ਦਾ ਲਫ਼ਜ਼ ਉਹਦੀ ਨਿਸ਼ਾਨੀ ਬਚਦੀ ਹੈ, ਆਪ ਤਿੱਤਰ ਬਿੱਤਰ ਹੋ ਜਾਂਦਾ। ਪਤਾ ਨਹੀਂ ਕਦੋਂ ਆਉਣਾ ਹੈ, ਨਾਲੇ ਤੂੰ ਵਾਧੂ ਹੀ ਜੀਜਾ ਬਣਾਉਂਦੀ ਫਿਰਦੀ ਹੈ, ਉਹ ਤਾਂ ਤੇਰਾ ਜੇਠ ਲੱਗਦਾ। ਮੇਰਾ ਤਾਂ ਜੀਜਾ ਹੀ ਹੈ, ਮੈਂ ਨਹੀਂ ਐਵੇਂ ਜੇਠ ਬਣਾ ਕੇ ਘੁੰਡ ਦਾ ਜੱਬ ਪਾਉਂਦੀ। ਆਹ ਜਿਹੜਾ ਐਡਾ ਵੱਡਾ ਕਲਿੱਪ ਲਾਇਆ, ਜੇ ਘੁੰਡ ਨਾਲ ਹੀ ਢੱਕਿਆ ਰਹੇ ਤਾਂ ਲਾਏ ਦਾ ਕੀ ਫਾਇਦਾ? ਮਰ ਤਾਂ ਜਾਣਾ ਹੀ ਆ, ਪਤਾ ਨਹੀਂ ਕਿੰਨੇ ਰੋਜ਼ ਜ਼ਿੰਦਗੀ ਹੈ, ਦਿਲ ਦੇ ਚਾਅ ਤਾਂ ਪੂਰੇ ਕਰ ਲਈਏ। ਅੜੀਏ ਤੂੰ ਮਰਨ ਦੀਆਂ ਗੱਲਾਂ ਕਿਉਂ ਕਰਦੀ ਰਹਿੰਦੀ ਹੈ, ਕੁਲਦੀਪ ਤਰਸ ਨਾਲ ਬੋਲੀ। ਬਸ ਭੈਣੇ, ਮੈਂ ਹੁਣ ਥੋੜ੍ਹਾ ਚਿਰ ਹੀ ਹਾਂ, ਚੱਲ ਜੇ ਤੂੰ ਕਹਿੰਦੀ ਹੈ ਤਾਂ ਮੈਂ ਜੇਠ ਬਣਾ ਲੈਂਦੀ ਹਾਂ, ਪਰ ਘੁੰਡ ਅੱਧਾ ਹੀ ਕੱਢਿਆ ਕਰੋ। ਅਖੇ ਜੇਠ ਕੋਲੋਂ ਘੁੰਡ ਕੱਢਦੀ, ਨੰਗਾ ਰੱਖਦੀ ਕਲਿੱਪ ਵਾਲਾ ਪਾਸਾ। ਚੰਗਾ, ਹੁਣ ਤੂੰ ਆਰਾਮ ਕਰ, ਮੈਂ ਜ਼ਰਾ ਕੰਮ ਕਾਰ ਵੱਲ ਹੋਵਾਂ, ਕਹਿ ਕੇ ਕੁਲਦੀਪ ਉੱਠ ਖਲੋਤੀ। ਧੰਨਵਾਦ, ਚੱਲਦਾ।